वेलकम बैक इन आवर प्रोग्राम ये डाउट्स हो जान फिर uh, 10 नुक्ते जी अ ਅਸੀਂ 60 ਤੱਕ ਕਵਰ ਕਰ ਲਏ ਨੇ ਨੈਕਸਟ 10 ਨੇ ਵੇਅਰ ਰਾਈਸ ਇਜ਼ ਰੁਪੀਸ 40 ਪਰ ਕਿਲੋਗ੍ਰਾਮ ਐਂਡ SIM ਕਾਰਡ ਇਜ਼ ਫ੍ਰੀ ਵਾਓ ਛੋੜ ਲੈਣੇ ਨੇ ਕਢੋ 40 ਰੁਪਈਆ ਕਿਲੋ ਦੇ SIM ਕਾਰਡ ਫ੍ਰੀ ਜੀ ਇਨ ਇੰਡੀਆ देयर आर ਟੂ ਟਾਈਪਸ ਆਫ ਰੋਡਸ ਭਾਰਤ ਚ ਦੋ ਕਿਸਮ ਦੀਆਂ ਸੜਕਾਂ ਨੇ under construction and under repair ਇੱਕ ਇਹਦੇ ਤੇ ਲਿਖਾਉਣਾ ਅੰਡਰ ਕੰਸਟਰਕਸ਼ਨ ਹੈ ਵਾਲਾ ਕਿਹੜੀ ਹੈ ਤੇ ਅੰਡਰ ਰਿਪੇਅਰ ਹੈ ਫਿਰ ਠੀਕ ਤਾਂ ਕੋਈ ਨਾ ਨਾ ਹੋਏ ਵਰਡ ਹੀ ਬਦ ਰਿਹਾ ਹੈ ਕਿ ਤੁਹਾਡੇ ਅੰਡਰ ਕੰਸਟਰਕਸ਼ਨ ਹੈ ਇੱਕ ਤਾਂ ਲੱਗਦਾ ਅੰਡਰ ਰਿਪੇਅਰ ਹੈ ਇਨ ਇੰਡੀਆ ਦਾ ਕੈਪਟਲਿਸਟਸ ਆਰ ਗਰੀਡੀ ਐਂਡ ਦਾ ਸੋਸ਼ਲਿਸਟਸ ਆਰ ਐਨਵੀਅਸ ਹੁਣ ਕੈਪਟਲਿਸਟ ਮਲਟੀਨੇਸ਼ਨਲਸ ਦੀ ਗੱਲ ਕਰਕੇ ਹਟੇ ਹੁਣ ਜਿਨ੍ਹਾਂ ਨੂੰ ਖੁਸ਼ ਕਰਨ ਲਈ ਲੈਂਡ ਐਕਵਾਇਰਿੰਗ ਸਾਰੇ ਮੈਚਰਸ ਕੀਤੇ ਜਾ ਰਹੇ ਨੇ ਉਹ ਤਾਂ ਲਾਲਚ ਨੇ ਉਹਨਾਂ ਲਈ ਬੰਦੇ ਮਰ ਜਾਣ ਭੁੱਖੇ ਮਰ ਜਾਣ ਸੁਸਾਈਡ ਕਰ ਲੈਣ ਉਹਨਾਂ ਤੋਂ ਇਹ ਵੀ ਕਿੰਨਾ ਪ੍ਰੋਫਿਟ ਉਹ ਚ ਕੱਢ ਸਕਦੇ ਨੇ ਹੁਣ ਜਿਹੜਾ ਸੋਸ਼ਲਿਸਟ ਹੈ ਜਿਹੜਾ ਸਮਾਜਵਾਦ 'ਤੇ ਯਕੀਨ ਰੱਖਦਾ ਹੈ ਉਹਨੂੰ ਤਾਂ ਇਨਸਾਫ ਲਈ ਖੜੋਣਾ ਚਾਹੀਦਾ ਪਰ ਉਹ ਇੱਕ ਦੂਜੇ ਨਾਲ ਈਰਖਾ ਕਰਦੇ ਨੇ ਕਿ ਭਈ ਕਿੱਥੋਂ ਕੀ ਫਾਇਦਾ ਲੈਣਾ ਸੋਚਦਾ ਐਂਡ ਆਫ ਦਾ ਡੇ ਲੋਕਾਂ ਦੇ ਭਲੇ ਲਈ ਨਾ ਉੱਥੇ ਕੈਪੀਟਲਿਸਟ ਖਿਲੋਂਦੇ ਨੇ ਨਾ ਸੋਸ਼ਲਿਸਟ ਇਹ ਵੀ ਇੱਕ ਨਾਰਾ ਹੀ ਆ ਫੇਕ ਕਾਮਰੇਡਾਂ ਦਾ ਵੀ ਇਹੀ ਹਾਲ ਹੈ ਉਧਰੋਂ ਕਾਮਰੇਡੀ ਫੇਲ ਹੋਈ ਹੁਣ ਆਮ ਆਦਮੀ ਪਾਰਟੀ ਦਾ ਝੰਡਾ ਚੁੱਕਿਆ ਹੈ ਜੀ ਔਰ ਵਿਧਨ ਜਿਹੜਾ ਇਹਨਾਂ ਦਾ ਪੰਜਾਬ ਦੇ ਵਿੱਚ ਕੱਲ ਹੀ ਗੱਲ ਹੋ ਰਹੀ ਸੀ ਕਿਸੇ ਨਾਲ ਕਹਿੰਦਾ ਜੀ ਇਹਨਾਂ ਦੇ ਤਾਂ ਆਲਰੇਡੀ ਧੜੇ ਸ਼ੁਰੂ ਹੋ ਗਏ ਕਹਿੰਦਾ ਇੱਕ ਗਰਮ ਦੜੀਏ ਨੇ ਜਿਹੜੇ ਕਰੰਟ ਸਟਰਗਲ ਚੋਂ ਆਏ ਤੇ ਉਹਨਾਂ ਨੂੰ ਜਿਹੜੇ ਕਾਮਰੇਡ ਬੜੇ ਆਮ ਆਦਮੀ ਪਾਰਟੀ ਚ ਕਹਿੰਦੇ ਜਾਓ ਤੁਸੀਂ ਖਾਲਿਸਤਾਨ ਬਣਾਓ ਆਪਣਾ ਤੁਸੀਂ ਉਧਰ ਜਾਓ ਸਿਮਰਜੀਤ ਸਿੰਘ ਮਾਨ ਵਾਲੇ ਇਹ ਸਾਡੇ ਸੋ ਮਨਪ੍ਰੀਤ ਬਾਦਲ ਦੇ ਨਾਲ ਵੀ ਆ ਕੇ ਵੜ ਗਏ ਸੀ ਸੋ ਇਹ ਸੋਸ਼ਲਿਸਟ ਕਮਿਊਨਿਸਟ ਇਹ ਸਾਰੀ ਇੱਕੋ ਹੀ ਕਲਾਸ ਹੈ ਪਰ ਇਹਨਾਂ ਵਿੱਚ ਕੋਈ ਸਿਧਾਂਤਕ ਕਮਿਟਮੈਂਟ ਨਹੀਂ ਹੈ ਜਾਂ ਕੋਈ ਲੋਕਾਂ ਦੇ ਭਲੇ ਦੀ ਗੱਲ ਨਹੀਂ ਜੀ ਅ ਇਨ ਇੰਡੀਆ देयर इज एन ਆਰਡਰ ਅਮੰਗ ਕਾਓਸ ਕਾਓਸ ਹੁੰਦਾ ਆਫਰਾ ਦਾ ਫਰੀ ਹੋਣਾ ਭਈ ਖੋਆਮਾਈ ਉਹਨੇ ਕਿਹਾ ਵੀ ਖੋਆਮਾਈ ਦੇ ਵਿੱਚ ਇੱਕ ਜ਼ਰੂਰ ਆਰਡਰ ਹੁੰਦਾ ਵੀ ਉੱਥੇ ਖੋਆਮਾਈ ਦੇ ਲੋਕਾਂ ਨੂੰ ਪਤਾ ਹੁੰਦਾ ਵੀ ਇਹ ਇੰਨੀ ਦੇ ਰਹਿਣੀ ਹੈ ਫਿਰ ਇਧਰ ਨੂੰ ਹੋ ਜਾ ਉਹਦੇ ਮੁਤਾਬਕ ਹੀ ਆਪਣਾ ਸਰਵਾਈਵ ਕਰਦੇ ਨੇ ਕਿ ਵੀ ਉੱਥੇ जे कोई चीज़ चंगे ढंग ना खोआ माई है क्योंकि खोआ माई का एक ऑर्डर बनाया हुआ उन्होंने पता भी इतने इन्ना को क्या फिर ठीक हो जाए फिर असी रस्ता निकलना सो इन इन केस देर इज एन ऑर्डर ए कंट्री वे नेबरिंग कंट्री किल्स फाइव शोल्जर्स विदाउट प्रोवोकेशन एंड पी एम डजेंट से ए वर्ल्ड ਇਹ ਜਲੋ ਦੀ ਪੋਲਿਟਿਕਲ ਸਟੇਟਮੈਂਟ ਹੈ ਜੀ ਕਿ ਵੀ ਗਵਾਂਡੀ ਦੇਸ਼ ਨੇ ਪੰਜ ਸਿਪਾਹੀ ਮਾਰ ਦਿੱਤੇ ਔਰ ਇਹਨਾਂ ਨੇ ਇਹ ਇਹਦੇ ਚ ਤੈ ਹੁੰਦਾ ਹੈ ਕਿ ਵੀ ਲਗਾਤਾਰ ਫਾਇਰਿੰਗ ਬਾਰਡਰ ਤੇ ਹੁੰਦੀ ਹੈ ਕੋਈ ਨਾ ਕੋਈ ਪੋਲਿਟਿਕਲ ਅਜੈਂਡਾ ਹੁੰਦਾ ਹੈ ਉਹਦੇ ਚੋਂ ਉਹ ਇੰਡੀਆ ਵੀ ਕੱਢਦਾ ਆਪਣਾ ਅਜੈਂਡਾ ਪਾਕਿਸਤਾਨ ਵੀ ਕੱਢਦੇ ਉਹਨੋਂ ਨੇਵਲ ਬੋਟ ਨੂੰ ਲੈ ਕੇ ਕਿੰਨਾ ਇਹਨਾਂ ਨੇ ਇਹਨਾਂ ਦੇ ਡਿਫੈਂਸ ਮਿਨਿਸਟਰ ਨੇ ਬਣਾਇਆ ਜੀ ਪਾਕਿਸਤਾਨੀ ਬੋਟ ਆਈ ਉਹਨੇ ਜਿੱਦੇ ਬੰਬਈ ਦੇ ਵਿੱਚ ਪਹਿਲੀਆਂ ਕਿਲਿੰਗਸ ਕੀਤੀਆਂ ਸੀ دہشت ਉਵੇਂ ਕਰਨਾ ਸੀ ਜੋ ਹੀ ਇੰਡੀਅਨ ਕੋਸਟ ਗਾਰਡਸ ਦੀ ਬੋਟ ਨੇੜੇ ਗਈ ਉਹਨਾਂ ਨੇ ਆਪਣੇ ਆਪ ਨੂੰ ਉਡਾ ਲਿਆ ਤੇ ਉਹਨੂੰ ਸਾਹਮਣੇ ਆਇਆ ਡੀਆਈਜੀ ਔਨ ਰੈਕੋਰਡ ਜਿਹਦੀ ਵੀਡੀਓ ਵਾਇਰਲ ਹੋਈ ਹੈ ਸਾਰੇ ਪਾਸੇ ਉਹਨੇ ਕਿਹਾ ਜੀ ਅਸੀਂ ਇਹਨਾਂ ਨੂੰ ਬਿਠਾ ਕੇ ਬਰਿਆਨੀ ਨਹੀਂ ਸੀ ਖਵਾਣੀ ਇਸ ਲਈ ਅਸੀਂ ਇਹਨਾਂ ਨੂੰ ਜਿਹੜੀ ਹੈ ਇਹਨਾਂ ਦੀ ਬੋਟ ਨੂੰ ਤਬਾਹ ਕੀਤਾ ਹੁਣ ਤੁਸੀਂ ਦੇਖੋ ਵੀ ਕਿੰਨਾ ਪ੍ਰੋਪਗੈਂਡਾ ਇਹਨਾਂ ਨੇ ਉਸ ਬੋਟ ਤੇ ਥੱਲੇ ਕੀਤਾ ਜੀ ਸੋ ਇਹ ਗੱਲ ਠੀਕ ਨਹੀਂ ਹੈ ਕਿ ਵੀ ਇਹ ਕਿਉਂਕਿ ਇਹਨਾਂ ਨੇ ਹੀ ਜ਼ਿਆਦਾ ਉੱਥੇ ਪ੍ਰੋਵੋਕੇਸ਼ਨ ਕੀਤੀ ਹੋਈ ਹੈ कारन इज सैवन परसेंट एंड एजुकेशन लोन इज ट्वेल्व परसेंट कार लैनी है तो लो जी सात परसेंट पढ़ाई नहीं करनी कारा लो <laughs> उजाड़ो वेयर पीपल वर्शिप गॉड इज दुर्गा बट किल ए गर्ल ईवन आफ्टर हेल्थ डिलीवरी उन्हें बड़ी दिलचस्प कोट है क्योंकि अक्सर जो अ ਔਰਤਾਂ ਦੇ ਨਾਲ ਕਿਵੇਂ ਡਿਸਕ੍ਰਿਮੀਨੇਸ਼ਨ ਹੈ ਵਰਣ ਆਸ਼ਰਮ ਦੇ ਥੱਲੇ ਔਰਤ ਨੂੰ ਜਨਉ ਪੌਣ ਦਾ ਹੱਕ ਨਹੀਂ ਪੈਰਾਂ ਦੀ ਜੁੱਤੀ ਸਮਝਿਆ ਜਾਂਦਾ ਸੀ ਮੰਨੂ ਨੇ ਕਿਦਾਂ ਦੇ ਲਾ ਬਣਾਏ ਨੇ ਕਿ ਇਹਨੂੰ ਕਦੇ ਇਕੱਲੀ ਨਾ ਛੱਡੋ ਪਹਿਲਾਂ ਪਿਓ ਫਿਰ ਘਰ ਵਾਲਾ ਫਿਰ ਪੁੱਤਰ ਉਹਨੂੰ ਕਦੇ ਇਕੱਲੇ ਜਾਣ ਹੀ ਨਾ ਦਿਓ ਕਿਤੇ ਜੀ ਤੇ ਫਿਰ ਉਹ ਸਾਡੇ ਕਈਆਂ ਨੇ ਕਮੈਂਟ ਉਹਦੇ ਉੱਤੇ ਪਾਏ ਹੁੰਦੇ ਨੇ ਉਹ ਕਹਿੰਦੇ ਜੀ ਇਹਵੇਂ ਨਹੀਂ ਹੈ ਅਸੀਂ ਤਾਂ ਦੇਖੋ ਸਾਡੇ ਤਾਂ ਜਿਹੜੀਆਂ ਦੇਵੀਆਂ ਨੇ ਸਾਡੀਆਂ ਅਸੀਂ ਤਾਂ वैष्णो देवी ज्वालदा देवी काली देवी हरि देवी ਹੁਣ ਇਹ ਵੀ ਜਿਹੜੀ ਦੁਰਗਾ ਦੇਵੀ ਸੱਤ ਭੈਣਾਂ ਨੇ ਚਵੰਡਾ ਦੇਵੀ ਨੈਣਾ ਦੇਵੀ ਉਹਦੀ ਵੀ ਕਹਾਣੀ ਹੈ ਫੇਰਿਆ ਸ਼ਿਵ ਕਿਸੇ ਦੀ ਆਕਾਂ ਕਿਤੇ ਡਿੱਗੀਆਂ ਉਹ ਨੈਣਾ ਦੇਵੀ ਬਣ ਗਏ ਕਿਸੇ ਦੀ ਖਸ਼ਬੋਕ ਕਿਤੇ ਆਈ ਉਹ ਵੈਸ਼ਨੂ ਬਣ ਗਏ ਕਿਸੇ ਦੀ ਜੀਭ ਕਿਤੇ ਡਿੱਗੀ ਉਹ ਜਵਾਲਾ ਹੋ ਗਈ ਐਵੇਂ ਦੀ ਕਹਾਣੀ ਹੈ ਇਹਨਾਂ ਦੀ ਜੀ ਪਰ ਇਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਕਹਿਣ ਨੂੰ ਤਾਂ ਇਹ ਮਾਤਾ ਦੇ ਭਗਤ ਨੇ कि जी देवी है वोमेन है पर ईवन जो हैल्थी डिलीवरी हो जाती है उस तो बाद भी बच्ची मार दें हूँ तो कुछ ही मार देंदे डिलीवरी तक तो गल बाद है वेअर ओलंपिक शूटर गैट्स थ्री करोड़ रूपीज फॉर गोल्ड मैडल बट शोल्जर हू डाइज ऑफ शूटिंग गैट्स थ्री लैक जो ओलंपिक जित के आया अभिनव बिंदरा तो उन्होंने दो दो तीन तीन करोड़ दिता उन्होंने कहा पर जोड़ा ਸ਼ੋਲਡਰ ਮਾਰ ਜਾਂਦਾ ਉਹ ਲੱਖਾਂ 'ਚ ਇਹ ਤਾਂ ਹੁਣ 올림픽 ਵਾਲਿਆਂ ਨੂੰ ਵੀ ਹੁਣ ਹੀ ਦੇਣ ਲੱਗੇ ਨੇ ਅਦਰਵਾਈਜ਼ ਤਾਂ ਇਹਨਾਂ ਦੇ ਲਈ ਤਾਂ ਇਹ ਵੀ ਕੋਈ ਇੰਪੋਰਟੈਂਸ ਨਹੀਂ ਰੱਖਦਾ ਉਹ ਵੀ ਰੁੱਲਦੇ ਹੀ ਨੇ ਬਹੁਤੇ ਸਪੋਰਟਸਮੈਨ ਹੁਣ ਕ੍ਰਿਕਟ ਇੱਕ ਐਸੀ ਗੇਮ ਇਨਾਂ ਨੇ ਲੱਭੀ ਹੈ ਜਿਹਦੇ 'ਚ ਇਹ ਆਪਣਾ ਇਨਵੈਸਟ ਕਰਦੇ ਨੇ ਅਦਰਵਾਈਜ਼ ਬਾਕੀ ਸਪੋਰਟਸ ਦਾ ਤਾਂ ਹਾਕੀ ਹੈ ਫੁੱਟਬਾਲ ਉਹਨਾਂ ਦੇ 올림픽 ਪਲੇਅਰ ਵੀ ਜਿਹੜੇ ਨੇ ਉਹ ਸਨਮਿਆਂ ਦੇ ਕੋਈ ਗੇਟਮੈਨ ਲੱਗੇ ਹੋਏ ਨੇ ਕੋਈ ਪੋਖਰੰਗ ਦੇ ਤੋਂ ਤੰਗਤੀਆਂ ਨੇ ਰੇੜੀਆਂ ਲਾਣ ਤੇ ਮਜਬੂਰ ਹੋਏ ਜੀ India is a place where rules are made to be broken and roads are built to be dug. ਕਿ ਕਾਨੂੰਨ ਉੱਥੇ ਇਸ ਲਈ ਨੇ ਕਿ ਉਹਨਾਂ ਨੂੰ ਤੋੜਨਾ ਹੈ ਜੀ ਤੇ ਰੋਡਸ ਆਰ ਬਿਲਟ ਟੂ ਬੀ ਡਗ ਕਿ ਸੜਕ ਬਣੀ ਨਹੀਂ ਤੇ ਫਿਰ ਖੁਦਾਈ ਸ਼ੁਰੂ ਫਿਰ ਉਹਨੂੰ ਤਬਾਹ ਕਰ ਦਿਓ ਜੀ ਡਾਸਟ ਹੈ ਇਹ ਪਲੇਸ ਵੇਅਰ ਯੂ ਕੈਨ ਅਚੀਵ ਆਲਮੋਸਟ ਐਵਰੀਥਿੰਗ ਬਾਈ ਜੁਗਾੜ ਹੋਰ ਇਹਦੇ ਤੇ ਕਈ ਮੈਨੂੰ ਸੁਣਾ ਰਿਆ ਸੀ ਕਿ ਜੀ ਉਹ ਗਿਆ ਕਿਸੇ ਮੁਲਕ ਦਾ ਪ੍ਰੈਜ਼ੀਡੈਂਟ ਜੀ ਉਹਨੂੰ ਉਹਨੇ ਦੇਖਿਆ ਆ ਕਾਰ ਤੇ ਕਿਤੇ ਜਾ ਰਿਹਾ ਸੀ ਰਾਜ ਪੰਚਰ ਹੋ ਗਿਆ ਦਿੱਲੀ ਚ ਉਹ ਡਰਾਈਵਰ ਜਿਹੜਾ ਸੀ ਦੇਸੀ ਉਹਨੂੰ ਕਹਿੰਦਾ ਕਿ ਬਈ ਇਹ ਕੀ ਹੋ ਗਿਆ ਕਹਿੰਦਾ ਜੀ ਇਹ ਤਾਂ ਖੜਾ ਹੋ ਗਿਆ ਪਰ ਕੋਈ ਜਿਗਾੜ ਕਰ ਦੇ ਜੀ ਉਹਨੇ ਆੜਾ ਦਵਾੜਾ ਦੇਖਿਆ ਕਿੱਥੋਂ ਕੀ ਲਿਆ ਚਲਾ ਲਿਆ ਫਿਰ ਕਿਤੇ ਗਿਆ ਉਥੇ ਕੋਈ ਦੀ ਨੀਡ ਸੀ ਉਹ ਹੈ ਨਹੀਂ ਸੀ ਤੇ ਉਹਨੇ ਬੰਦੇ ਨੇ ਕਿਹਾ ਜੀ ਕੋਈ ਜਿਗਾੜ ਕਰ ਦੇ ਇਦਾਂ ਹਰ ਥਾਂ ਉਹਨੇ ਇਹੀ ਦੇਖਿਆ ਜਦੋਂ ਵਾਪਸ ਆਇਆ ਆਪਣੇ ਮੁਲਕ ਨੂੰ ਕਹਿੰਦਾ ਜੀ ਉੱਥੇ ਕਹਿੰਦੇ ਹੈ ਤਾਂ ਉੱਥੇ ਕੋਈ ਨਹੀਂ ਪਰ ਉੱਥੇ ਕੋਈ ਜਿਗਾਰ ਨਾ ਦਾ ਬੰਦਾ ਹੈ ਜਿਹੜਾ ਜਦੋਂ ਕੰਮ ਖਰਾਬ ਹੁੰਦਾ ਹੈ ਕੋਈ ਨਾ ਕੋਈ ਜਿਗਾਰ ਵਾਲਾ ਕੰਮ ਕਰਦਾ ਜਿਹੜਾ ਉਹ ਉਹ ਕਰ ਦਿੰਦਾ ਜੀ ਸੋ ਉਹਨਾਂ ਨੇ ਬਿਲਕੁਲ ਕਿਹਾ ਇਹ ਪਲੇਸ ਵੇਅਰ ਯੂ ਕੈਨ ਅਚੀਵ ਆਲਮੋਸਟ ఎవਰੀਥਿੰਗ ਬਾਈ ਜਿਗਾਰ ਸੋ ਜਿਗਾਰ ਸੋ ਚਾਚਾ ਲੱਭੋ ਕਿੱਥੇ ਲੱਗਾ ਹੈ ਤਾਇਆ ਲੱਭੋ ਦੇਖੋ ਕਿੱਥੇ ਲੱਭਾ ਹੈ ਕਿਹੜੇ ਪਿੰਡ ਚ ਕਿਹੜੀ ਰਿਸ਼ਤੇਦਾਰੀ ਹੈ ਕਿਨੂੰ ਪੈਸੇ ਕਿੱਥੋਂ ਦੇਣੇ ਨੇ ਕਿ ਤੁਸਾ ਕਰਾਣਾ ਕਿ ਕਿਨੂੰ ਜਾ ਕੇ ਗੁੜ ਦੇਣਾ ਜਾ ਕੇ ਕਿ ਜੀ ਇਹ ਘਾਰ ਹੀ ਬਣਾਇਆ ਜੀ ਉਥੋਂ ਬਾਜ਼ਾਰੋਂ ਲੈ ਆਉਂਦੇ ਨੇ ਇਹ ਘਾੜ ਦੇਖੋ ਜੀ ਮੇਵੇ ਪਾਏ ਵਿੱਚ ਸੰਡ ਪਾਈ ਹੈ ਗੂਚਾ ਇਹ ਕਹਿੰਦੇ ਕਿ ਇਹ ਉਥੋਂ ਬਾਜ਼ਾਰੋਂ ਫਰੂਟ ਲੈ ਕੇ ਕਹਿਣਗੇ ਜੀ ਗਏ ਸੀ ਕਸ਼ਮੀਰ ਅਸੀਂ ਕਹਿੰਦੇ ਜਨਾਬ ਦੇ ਲਈ ਫਰੂਟ ਲੈ ਚੱਲੀ ਉਥੋਂ ਹੀ ਖਰੀਦੇ ਕੇ ਸੇਬ ਜਿਹੜੇ ਦੁਕਾਨ ਤੋਂ ਉਹਨੂੰ ਦਿੱਤੇ ਹੁੰਦੇ ਨੇ ਸਭ ਜੁਗਾੜ ਦੇ ਤਰੀਕੇ ਨਾਲ ਘਾੜ ਦੇ ਤਰੀਕੇ ਨਾਲ ਸਹੀ ਗੱਲ ਹੈ ਕਿਸੇ ਦਾ ਸੀ ਕਹਿੰਦਾ ਜੀ ਉਹ ਰਿਸ਼ਵਤ ਨਹੀਂ ਲੈਂਦਾ ਪਰ ਘਰ ਮਹਾਰਾਜ ਦੇ ਰੱਖਿਆ ਗੁਰੂ ਗ੍ਰੰਥ ਸਾਹਿਬ ਜਿਹਨੇ ਕੋ ਦੇਣਾ ਕੋ ਕਹਿੰਦਾ ਕੋਈ ਨਹੀਂ ਗੁਰੂ ਨੂੰ ਮੱਥਾ ਟੇਕ ਜਾ ਉਹ ਜਨੇ ਠੇਕੇਦਾਰ ਸੀ ਪੀ ਡਬਲਯੂ ਡੀ ਦਾ ਅਫਸਰ ਸੀ ਕੋਈ ਪੈਨੂ ਉਹਨਾਂ ਨੇ ਹੀ ਦੱਸਿਆ ਜੀ ਉਹ ਕਹਿੰਦਾ ਜੀ ਉਹ ਜਾ ਕੇ ਮਹਾਰਾਜ ਦੀ ਤਾਬਿਆ ਫਿਰ ਜਿਹੜਾ ਵੀ ਉਹ ਜਾਂਦੇ ਸੀ ਠੇਕੇਦਾਰ ਜਿਹਨਾਂ ਨੇ ਉਹ ਲੈਣੇ ਨੇ ਠੇਕੇ ਕੰਟਰੈਕਟ ਤੇ ਉਹ ਲਫਾਫਾ ਭਰ ਕੇ ਤੇ ਅੱਗੇ ਮਹਾਰਾਜ ਦੇ ਅੱਗੇ ਰੱਖ ਕੇ ਮੱਥਾ ਟੇਕ ਕੇ ਆ ਜਾਂਦੇ ਸੀ ਉਹ ਉਹ ਵੀ ਕਹਿੰਦਾ ਮਹਾਰਾਜ ਨੂੰ ਹੀ ਦੁੱਤੇ ਮੈਂ ਥੋੜੀ ਬਹਿਣ ਜੀ ਉਹ ਵੀ ਕਹਿੰਦਾ ਜੀ ਜਿਗਾੜ ਕੀਤਾ ਸੀ ਦੇਖੋ ਰੱਬ ਤੋਂ ਵੀ ਕਿਉਂ ਜਿਆ ਹਾਲ ਹੈ ਰੱਬ ਨਾਲ ਵੀ ਕਿੱਡਾ ਵੱਡੇ ਧੋਖੇ ਲਵਾਜ਼ ਲੋ ਬਾਰੇ ਜਿਗਾੜ ਚ ਕੀ ਹੁੰਦਾ ਜੀ ਜੀ ਸੋ ਇਹ ਬਿਲਕੁਲ ਠੀਕ ਹੈ ਉਹਨਾਂ ਦਾ ਜਿਗਾੜ ਜਿੰਦਾਬਾਦ ਜੀ ਰਦਰ ਦਾ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਇਸ ਨਾਲ ਇਹਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆ ਛੋਟੇ ਜੇ ਵਕਫੇ ਤੋਂ ਬਾਅਦ